ਕਿਤੇ ਕਿਤੇ ਡਿਗਦੀ ਕਣੀ ਨਾਲ ਉੱਡੀ ਧਰਤੀ ਦੀ ਖੁਸ਼ਬੂ ਭਿੱਜੀ ਭਿੱਜੀ ਤੁਰੀ ਆਉਂਦੀ ਆਥਣ ਭਾਨੋ ਚੁੱਲ੍ਹੇ ਮੂਰੇ ਬੈਠੀ ਰੋਟੀਆਂ ਲਾ ਰਹੀ ਸੀ ਬਿੰਦੇ ਛੱਟੇ ਆਉਂਦੇ ਹਵਾ ਦੇ ਬੁੱਲੇ ਨਾਲ ਗਿੱਲੇ ਗੋਹਾਂ ਦੀ ਚੁੱਲ੍ਹੇ ਵਿੱਚ ਅੱਗ ਕਦੇ ਬਲ ਪੈਂਦੀ ਤੇ ਕਦੀ ਬੁਝ ਜਾਂਦੀ ਆਟਾ ਟਿੜਕਿਆ ਭਾਨੋ ਨੂੰ ਖਿਆਲ ਆਇਆ ਕੋਈ ਪ੍ਰੋਣਾ ਆਊ ਪਰ ਸਾਡੇ ਕਿਹਨੇ ਆਉਣਾ ਉਸਨੇ ਆਪ ਹੀ ਸੋਚ ਲਿਆ ਗੱਲ ਹੈ ਜੀ ਉਸਦੇ ਮਨ ਵਿੱਚ ਹੀ ਸੀ ਕਿ ਜਦੋਂ ਕਰਤਾਰੀ ਹੱਥ ਵਿੱਚ ਝੋਲਾ ਫੜੀ ਬਾੜ ਆਵੜੀ ਕਰਤਾਰੀ ਦਾ ਸਰੀਰ ਛਾਟਵਾ ਕਦ ਨਰੈਣਵਾਂਗੀ ਮਦਰਾ ਸੀ ਪਰ ਉਸਦੇ ਮੂੰਹ ਉੱਤੇ ਚੰਗੀ ਰੌਣਕ ਸੀ ਜਿਵੇਂ ਰਜਦੇ ਖਾਂਦੇ ਘਰ ਦੀ ਨੋਤੀ ਹੋਵੇ ਛੀਂਟ ਦੀ ਸਲਵਾਰ ਚਿੱਟੀ ਲੀਲਨ ਦੀ ਕਮੀਜ਼ ਤੇ ਉੱਤੇ ਬੂਟੀਆਂ ਵਾਲੀ ਵੈਲ ਦੀ ਚੁੰਨੀ ਲਈ ਹੋਈ ਸੀ ਭਾਨੂ ਵੱਲ ਵੇਖ ਕੇ ਉਹ ਇੱਕ ਪਲ ਸੁਸ਼ੋਪੰਜ ਜਿਹੀ ਖੜੀ ਰਹੀ ਜੁੱਤੀ ਕੋਲੇ ਕੋਲਾ ਝੋਲਾ ਸੰਦੂਕ ਉੱਤੇ ਧਾਰੋ ਬੋਲੀ ਕੁੜੇ ਸਾਂ ਤੂੰ ਕਿੱਥੋਂ ਐ ਮੇਰੀ ਤਾਂ ਤੂੰ ਸਿਆਣਚੀ ਨਹੀਂ ਆਰੀ ਮੈਂ ਮੈਂ ਬੀਬੀ ਮੈਂ ਭਾਨੋ ਆ ਭਾਨੋ ਨੇ ਕਰਤਾਰੀ ਦਾ ਨਰੈਣ ਨਾਲ ਮੜੰਗਾ ਮਿਲਦਾ ਦੇਖ ਕਿਹਾ ਤੇ ਉਠ ਕੇ ਮੱਥਾ ਟੇਕਿਆ ਜਿਉਂਦੀ ਵਸਦੀ ਰਹਿ ਰੱਬ ਤੈਨੂੰ ਭਾਗ ਲਾਵੇ ਬੁੱਢ ਸੁਹਾਗਣ ਹੋਵੇ ਰੱਬ ਤੈਨੂੰ ਬੱਚਾ ਦੇਵੇ ਨਰੈਣ ਰਾਜੀ ਏ ਹਾਂ ਰਾਜੀ ਏ ਕਈ ਵਾਰੀ ਤੇਰੀਆਂ ਬੀਬੀ ਗੱਲਾਂ ਕਰਦੇ ਹੁੰਦੇ ਭਾਨੋ ਨੇ ਤੋੜੀ ਵਿੱਚੋਂ ਦੁੱਧ ਕੱਢ ਕੇ ਇੱਕ ਪੱਕਾ ਮਿੱਠਾ ਪਾ ਕੇ ਛੰਨਾ ਕਰਤਾਰੀ ਦੇ ਅੱਗੇ ਲਿਆ ਧਰਿਆ ਕੁੜੇ ਸਾਉ ਦੁੱਧ ਦੀ ਤਾਂ ਇੰਨੀ ਲੋੜ ਨਹੀਂ ਸੀ ਕਹਿੰਦਿਆਂ ਕਰਤਾਰੀ ਨੇ ਛੰਨਾ ਆਪਣੇ ਝੋਨੇ ਤੇ ਲੜੂ ਤੇ ਧਰ ਲਿਆ ਤੇ ਘੁੱਟ ਘੁੱਟ ਕਰਕੇ ਪੀਣ ਲੱਗੀ ਅਸੀਂ ਤਾਂ ਯੂਪੀ ਕਾਦੇ ਬਾਗੇ ਭੈਣ ਭਾਈਆਂ ਨੂੰ ਮਿਲਣੋ ਵੀ ਰਹਿ ਗਏ ਨਰੈਣ ਕੋੜੀ ਐਡਾ ਘੋਲੀ ਏ ਇਓਂ ਨਹੀਂ ਬਈ ਕਦੇ ਕਾਟੀ ਪਾ ਦੇ ਹੁਣ ਵੀ ਕਦੋਂ ਦੀ ਤਕਾਉਂਦੀ ਸੀ ਪਰ ਘਰਾਂ ਦੇ ਖਲਜਗਣ ਵਿੱਚ ਨਿਕਲ ਕਿਹੜਾ ਹੁੰਦਾ ਇਹ ਤਾਂ ਤੋਂ ਬਾਲਾ ਹੀ ਚੰਗਾ ਕੀਤਾ ਬੀਬੀ ਭਾਨੋ ਨੇ ਸਬਜ਼ੀ ਲਈ ਆਲੂ ਛੀਂਦਿਆਂ ਕਿਹਾ ਕੁੜੇ ਸਾਊ ਬੀਬੋ ਆਪਣੀ ਬੀਬੀ ਮੰਗੀਏ ਗੁਆਰੇ ਵਿਆਹ ਕਰਨਾ ਸੀ ਮੈਂ ਕਿਹਾ ਇੱਥੇ ਪਰਦੇਸਾਂ ਵਿੱਚ ਆਪਣਾ ਕੋਣ ਹੈ ਮੈਂ ਤਾਂ ਹੋਰ ਨਹੀਂ ਆਪਣੇ ਪੇਕੇ ਜਾ ਕੇ ਦੇ ਦੂੰ ਚਾਰ ਪੁਆਟਣੀਆਂ ਉਹ ਤਾਂ ਆਖਦਾ ਸੀ ਲਾਟ ਮਾਜ ਰਹੀ ਚੱਲਦੇ ਆ ਮੈਂ ਕਿਹਾ ਕੀ ਸ਼ਰੀਕਾਂ ਦੇ ਭਾਂਡੀ ਪੈਂਦੇ ਫਿਰਾਂਗੇ ਚੰਗਾ ਮਾੜਾ ਆਪਣੇ ਭਾਈ ਦਾ ਘਰ ਹੀ ਚੰਗਾ ਜੀ ਸਦਕੇ ਬੀਬੀ ਹੋਰ ਭੈਣ ਭਾਈ ਹੁੰਦੇ ਹੀ ਕਾਦੇ ਲੀਨੇ ਭਾਨੋ ਨੇ ਆਲੂਆਂ ਦੀ ਸਬਜ਼ੀ ਨੂੰ ਤੜਕਾ ਲਾਉਂਦਿਆ ਕਿਹਾ ਕੁੜੇ ਬਹੂ ਹੱਥਾਂ ਦੀ ਤਾਂ ਤੂੰ ਸੁਹਣਰੀ ਲੱਗਦੀ ਏ ਕਰਤਾਰੀ ਨੇ ਘਰ ਦੀ ਕਾਇਆ ਪਲਟੀ ਦੇਖਦਿਆਂ ਕਿਹਾ ਭਾਨੋ ਚੁੱਪ ਕਰ ਰਹੀ ਕਿਹੜੇ ਥਾਉ ਨੇ ਪੇਕੇ ਤੇਰੇ ਪੜੀ ਕੇ ਕੋਟਲੇ ਸੀ ਭਾਨੋ ਨੇ ਨਿੰਮੋ ਝੂਣੀ ਆਵਾਜ਼ ਵਿੱਚ ਕਿਹਾ ਚੱਲ ਕੋਈ ਨਹੀਂ ਬੰਦੇ ਦੇ ਕੀ ਵਾਸੇ ਜਿਵੇਂ ਲਿਖਿਆ ਤਿਵੇਂ ਭੋਗਣਾ ਕਰਤਾਰੀ ਨੇ ਜਿਵੇਂ ਉਸ ਦੇ ਅੰਦਰਲੀ ਗੱਲ ਸਮਝਦਿਆਂ ਆਖਿਆ ਤੜਕਾ ਲਾ ਕੇ ਭਾਣੋ ਸ਼ੱਕਰ ਨੂੰ ਛਾਨਣ ਬੈਠ ਗਈ ਕੁੜੇ ਬਹੂ ਮਿੱਠੇ ਨੂੰ ਕੀ ਮੈਂ ਕੋਈ ਉਪਰੀ ਆ ਤੂੰ ਰਹਿਣ ਦੇ ਲੈ ਬੀਬੀ ਤੇਰੇ ਬਹਾਨੇ ਅਸੀਂ ਵੀ ਖਾ ਲਾਂਗੇ ਜੇ ਮੈਨੂੰ ਪਤਾ ਹੁੰਦਾ ਕੋਈ ੱਗਾ ਚੁੰਨੀ ਲੈ ਆਉਂਦੀ ਲੈ ਬੀਬੀ ਕੁੜੀਆਂ ਨੂੰ ਦਈ ਦੇ ਕੇ ਲਈ ਦੇ ਕੁੜੀਆਂ ਨੂੰ ਦਈ ਦਾ ਤਾਂ ਸਾਰੀ ਉਮਰ ਹੀ ਏ ਲੈਣ ਦਾ ਤਾਂ ਕੋਈ ਕੋਈ ਮੌਕਾ ਹੀ ਹੁੰਦਾ ਕੋਈ ਨਾ ਜਿਉਂਦਿਆਂ ਜੀਆਂ ਨੂੰ ਮੌਕੇ ਬਥੇਰੇ ਕਹਿੰਦੀ ਭਾਨੋ ਆਟਾ ਗੁੰਨਣ ਲੱਗ ਪਈ ਚਲੋ ਜਿਵੇਂ ਐ ਤੇਰੇ ਮੇਰੇ ਭਾਈ ਦਾ ਘਰ ਤਾਂ ਵਸਿਆ ਕਰਤਾਰੀ ਦੇ ਮਨ ਵਿੱਚ ਸੋਚਿਆ ਭਾਨੋ ਤੂੰ ਕਰਤਾਰੀ ਦੇ ਆਉਣ ਦਾ ਚਾਹ ਕਿਹੜਾ ਚੱਕਿਆ ਜਾਂਦਾ ਸੀ ਲੈ ਅੱਜ ਤਾਂ ਕਰਤਾਰੀ ਆਈ ਬੈਠੀ ਏ ਮੱਥਾ ਟੇਕਦਾ ਆਥਣੇ ਬਾਹਰ ਵੜਦਿਆਂ ਹੀ ਨਾਰਾਇਣ ਬੋਲਿਆ ਜਿਉਂਦਾ ਵਸਦਾ ਰਹਿ ਤੂੰ ਤਾਂ ਕਦੇ ਵੱਤੀ ਨਹੀਂ ਵੋਂਦਾ ਹਾਰ ਕੇ ਆਪ ਹੀ ਆਈਦਾ ਤੇਰੇ ਕੋਲ ਤਾਂ ਜਾਂਦਾ ਜਾਂਦਾ ਹੀ ਅਗਲਾ ਬੁढ़ा ਹੋ ਜਾਂਦਾ ਨੇੜੇ ਨਾ ਤੇੜੇ ਜਾ ਰਹੀ ਪਈਆਂ ਦੇ ਦੇਸ਼ ਚ ਵੀ ਭਰਾ ਤਾਂ ਨਦੀਆਂ ਚੀਰ ਮਿਲਦੇ ਨੇ ਹਾਂ ਖੜੀ ਐ ਯੂਪੀ ਤਾਂ ਕੋਈ ਨਾ ਬੀਬੀ ਹੋਣ ਆਵਾਂਗੇ ਅਸੀਂ ਨਰੈਣ ਨੂੰ ਗੱਲ ਔੜ ਦੀ ਨਾ ਦੇਖ ਕੇ ਭਾਨੋ ਨੇ ਜਵਾਬ ਦਿੱਤਾ ਜਮ ਜਮ ਆਵੋ ਮੈਂ ਵੀ ਅਗਲਿਆਂ ਦੇ ਜੁੱਤੀਆਂ ਮਾਰਨ ਜੋਗੀ ਹੋਵਾਂ ਬਈ ਹੈਗੇ ਆ ਮੇਰੇ ਵੀ ਕੋਈ ਕਰਤਾਰੀ ਨੂੰ ਚਾਹ ਚੂ ਦਿੱਤੀ ਕਰਕੇ ਕਿ ਨਹੀਂ ਨਰੈਣ ਨੇ ਭਾਨੋ ਵੱਲ ਮੂੰਹ ਕਰਕੇ ਪੁੱਛਿਆ ਨਹੀਂ ਮੈਂ ਕਿਹਾ ਤੇਰਾ ਭਾਈ ਹੋਈ ਦੇਊਗਾ ਆ ਕਰਕੇ ਭਾਨੋ ਨੇ ਮਸ਼ਕਰੀ ਕੀਤੀ ਕਰ ਦੀ ਮੁਖਤਿਆਰਨਤਾ ਤੂੰ ਏ ਭਾਈ ਤਾਂ ਆਪ ਵਿਚਾਰਾ ਤੇਰੇ ਹੱਥਾਂ ਕੰਨੀ ਝਾਕਦਾ ਰਹਿੰਦਾ ਨਰੈਣ ਨੇ ਕਰਤਾਰੀ ਦੇ ਕੋਲ ਮੰਝੇ ਉੱਤੇ ਬੈਠਦਿਆਂ ਕਿਹਾ ਊਂ ਤਾਂ ਰਾਜੀ ਹੈ ਨਰੈਣ ਆਹੋ ਤੂੰ ਦੱਸ ਬਾਰ ਬੱਚਿਆਂ ਦਾ ਕੀ ਹਾਲੇ ਰੱਬ ਦੀ ਮਿਹਰ ਹੈ ਮੈਂ ਤਾਂ ਐਸ ਖਾਤਰ ਆਈ ਆਂ ਵਿਆਹ ਹੈ ਬਈ ਬੀਬੂ ਦਾ ਤੇਰੇ ਘਰ ਕਰਨਾ ਹੈ ਅੱਜ ਸਵਾ ਮਹੀਨਾ ਐ ਗੁਆਰੇ ਆ ਫੌਜ ਚ ਨੌਕਰੇ ਪਰੋਣਾ ਊਂ ਘਰ ਵੀ ਚੰਗਾ ਚੱਲਦਾ ਪੁਰਜਾਏ ਹਰੀਏ ਨੇ ਕਰਾਇਆ ਸਾਗ ਕਰਤਾਰੀ ਨੇ ਇੱਕੋ ਸਾ ਸਭ ਕੁਝ ਦੱਸ ਦਿੱਤਾ ਚੰਗਾ ਚੰਗਾ ਤਾਂ ਤਾਂ ਫੇਰ ਸਾਨੂੰ ਵੀ ਲੱਡੂ ਮਿਲਣਗੇ ਖਾਣ ਨੂੰ ਨਰੈਣ ਨੇ ਮੂੰਹ ਉੱਤੇ ਹੱਥ ਫੇਰਦਿਆਂ ਕਿਹਾ ਬੀਬੋ ਦਾ ਬਾਪੂ ਤਾਂ 10 ਦਿਨ ਪਹਿਲਾਂ ਆਊਗਾ ਮੈਂ ਕਿਹਾ ਮੈਂ ਅੱਗੇ ਜਾ ਕੇ ਤਿਆਰੀ ਕਰ ਲਾਂ ਪਿੱਛੇ ਘਰ ਵੀ ਤਾਂ ਬਹੁਤਾ ਚੇਰ ਕੱਲਾ ਨਹੀਂ ਛੱਡਿਆ ਜਾਂਦਾ ਇਹ ਸਵਾ ਮਹੀਨਾ ਭਾਣੋਂ ਲਈ ਜਿਵੇਂ ਅੱਖ ਦੇ ਫੋਰ ਵਿੱਚ ਲੰਘ ਗਿਆ ਕਦੇ ਪੀਣ ਛੰਡ ਕਦੇ ਦਾਣਾ ਦਲ ਕਦੇ ਪਾਂਡੂ ਫੇਰ ਕਦੇ ਸ਼ਹਿਰ ਲਕੇ ਤੁਕੇ ਨੂੰ ਜਾ ਕਦੇ ਤਿਓਰ ਜੋੜ ਕਦੇ ਚੂਰਾ ਪਟਵਾ ਕਦੇ ਥਾਉ ਥਾਉ ਕੰਮ ਸੰਭਾਲ ਕੇ ਉਸਨੇ ਸਿਰ ਖੁਰਕਨ ਦੀ ਕਿਹੜਾ ਵੇਲ ਸੀ ਕਰਤਾਰੀ ਹਰ ਹਰਤੇ ਕਰਤੇ ਆਖਦੀ ਭਾਬੀ ਤੇਰੇ ਬਿਨਾ ਤਾਂ ਮੈਂ ਉਹੀ ਰੋਲ ਜਾਣਾ ਸੀ ਮੇਰੇ ਕੋਲ ਹੋਣਾ ਵੀ ਕਿੱਥੇ ਸੀ ਇੰਨਾ ਕੰਮ ਪਾਨੋ ਤਾਂ ਕੰਮ ਕਰਦੀ ਜਿਵੇਂ ਥੱਕਦੀ ਨਹੀਂ ਸੀ ਸਭ ਤੋਂ ਪਿੱਛੋਂ ਸੌਂਦੀ ਸਭ ਤੋਂ ਪਹਿਲਾਂ ਉੱਠ ਖੜਦੀ ਸਾਰਾ ਦਿਨ ਕਦੇ ਆਹ ਕਰ ਕਦੇ ਉਹ ਕਰ ਅੱਡੀ ਕਿਹੜਾ ਭੌਂ ਤੇ ਲੱਗਦੀ ਸੀ ਫੇਰ ਸਤਿਆਮਾਨ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਮੇਲ ਆ ਗਿਆ ਫੇਰ ਜਨ ਜਾਈ ਫੇਰੇ ਹੋ ਗਏ ਪਾਨੋ ਦੀ ਤਾਂ ਕੰਮ ਧੰਦੇ ਵਿੱਚ ਸੁਰਤੀ ਭੁੱਲੀ ਪਈ ਸੀ ਨਵਾਂ ਸੂਟ ਪਾਈ ਉਹ ਭੱਜੀ ਨੱਠੀ ਸਾਰੇ ਕੰਮ ਕਰਦੀ ਫੇਰ ਰਹੀ ਸੀ ਸੁਖ ਸੰਦ ਨਾਲ ਕੁੜੀ ਵਿਦਾ ਹੋ ਗਈ ਗਰਤਾਰੀ ਨੇ ਭਾਨ ਨੂੰ ਵਧਾਈਆਂ ਦਿੱਤੀਆਂ ਕੁੜੀ ਨੂੰ ਵਿਦਾ ਕਰਕੇ ਮੇਲਣਾ ਗਿੱਧਾ ਪਾਉਣ ਲੱਗ ਪਈਆਂ ਇੱਕ ਜਣੀ ਨੇ ਮੱਲੋ ਮੱਲੀ ਭਾਨ ਨੂੰ ਫੜ ਕੇ ਨੱਚਣ ਲਾ ਦਿੱਤਾ ਥੱਕੀ ਟੁੱਟੀ ਭਾਨੋ ਵਿੱਚ ਖਬਰ ਨੇ ਕਿੱਥੋਂ ਲੋਹੜੇ ਦਾ ਜੋਰ ਆ ਗਿਆ ਉਸ ਨੇ ਨੱਚ-ਨਾਚ ਧਰਤੀ ਪੱਟਤੀ ਬੋਲੀਆਂ ਦਾ ਤਾਂ ਜਾਣੀ ਉਸ ਦੇ ਅੰਦਰ ਭਰਿਆ ਪਿਆ ਸੀ ਮੁੱਕਣ ਵਿੱਚ ਹੀ ਕਿਹੜਾ ਆਉਂਦੀਆਂ ਸਨ ਰੱਬ ਨੇ ਭਾਨੋ ਨੂੰ ਆਵਾਜ਼ ਕੀ ਦਿੱਤੀ ਸੀ ਬਸ ਲੋੜਾ ਹੀ ਮਾਰਦੀ ਸੀ ਮੇਰੀ ਭਾਬੀ ਤਾਂ ਡੱਬੀ ਚ ਪਾ ਕੇ ਰੱਖਣ ਵਾਲੀ ਏ ਦੇਖ-ਦੇਖ ਖੁਸ਼ ਹੁੰਦੀ ਕਰਤਾਰੀ ਕਹਿ ਰਹੀ ਸੀ ਅਗਲੇ ਦਿਨ ਗੀਤ ਗਾਉਂਦਾ ਮੇਲ ਵੀ ਵਿਦਾ ਹੋ ਗਿਆ ਚਾਰ ਕੁ ਦਿਨ ਮਗਰੋਂ ਕਰਤਾਰੀ ਉਸਦੇ ਟੱਬਰ ਵੀ ਜਾਣ ਲਈ ਤਿਆਰ ਹੋ ਗਿਆ ਭਾਬੀ ਹੁਣ ਤੁਸੀਂ ਜ਼ਰੂਰ ਆਇਓ ਸਾਡੇ ਕੋਲ ਮੇਰੀ ਸੌਂ ਲੱਗੇ ਤੁਰਨ ਲੱਗੀ ਕਰਤਾਰੀ ਨੇ ਭਾਨੋ ਦੇ ਗਲ ਮਿਲਦਿਆਂ ਫੇਰ ਤਾਕੀਦ ਕੀਤੀ ਆਹੋ ਬੀਬੀ ਹੋਰ ਸਾਡਾ ਜਾਣ ਆਨ ਨੂੰ ਥਾਂ ਹੀ ਕਿਹੜਾ ਭਾਨੋ ਨੇ ਉਸਦੇ ਪੈਰੀ ਹੱਥ ਲਾਉਂਦਿਆਂ ਕਿ ਹਾਂ ਨਰੈਣ ਲੜਦਾ ਨਹੀਂ ਪੈਂਦਾ ਤੇਰੇ ਨਾਲ ਜੀ ਝੋ ਨਹੀਂ ਮਾੜਾ ਸੁਭਾ ਦਾ ਇਹ ਤਤਾਏ ਕਰਤਾਰੀ ਨੇ ਜਾਂਦੀ ਨੇ ਪੁੱਛਿਆ ਇਸ ਨਾਲ ਲੜ ਕੇ ਮੈਂ ਮਰਨਾ ਕੁੜੇ ਨਰੈਨ ਨੇ ਹੱਸਦਿਆਂ ਕਿਹਾ ਚੰਗਾ ਬੀਬੀ ਜਿਉਂਦੀ ਰहूं ਤੂੰ ਐਤ ਕੀ ਸੰਧਾਰਾ ਲੈ ਕੇ ਅਸੀਂ ਦੋਵੇਂ ਆਵਾਂਗੇ ਜਰੂਰ ਆਇਓ ਕਦੇ ਮੈਂ ਵੀ ਆਪਦਿਆਂ ਦੇ ਚਾਉ ਲਾੜ ਕਰਾਂ ਨਹੀਂ ਸੁੱਖ ਰੱਖੇ ਜਰੂਰ ਆਵਾਂਗੇ ਪਾਨੋ ਨੇ ਸੂਏ ਕੋਲੋਂ ਕਰਤਾਰੀ ਨੂੰ ਫੇਰ ਮੱਥਾ ਟੇਕ ਕੇ ਮੁਰਦਿਆਂ ਕਿਹਾ ਪਾਨੋ ਕਿੰਨਾ ਚਿਰ ਕਰਤਾਰੀ ਨੂੰ ਜਾਂਦੀ ਦੇਖਦੀ ਰਹੀ ਨਰੈਣ ਉਹਨਾਂ ਨੂੰ ਸਟੇਸ਼ਨ ਤੱਕ ਛੱਡਣ ਚਲਾ ਗਿਆ ਪਾਨੋ ਘਰ ਮੁੜ ਆਈ